ਲੁਧਿਆਣਾ ਦੇ ਢੋਲੇਵਾਲ ਫਲਾਈਓਵਰ ਦੇ ਹੇਠਾਂ ਨਜਾਇਜ਼ ਕਬਜ਼ਿਆਂ ਖਿਲਾਫ਼ ਕਾਰਵਾਈ ਕਰਨ ਲਈ ਨਗਰ ਨਿਗਮ ਦੀ ਟੀਮ ਪਹੁੰਚੀ। ਕਾਰਵਾਈ ਕਰਦਿਆਂ ਹੋਇਆਂ ਟੀਮ ਵੱਲੋਂ ਕਬਜ਼ੇ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਖੇਤਰੀ ਲੋਕਾਂ ਨੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਭਾਜਪਾ ਆਗੂ ਗੁਰਦੇਵ ਸ਼ਰਮਾ ਦੇਵੀ ਵੀ ਉੱਥੇ ਪਹੁੰਚੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਬਦਲਾਖੋਰੀ ਹੈ ਕਿਉਂਕਿ ਨਗਰ ਨਿਗਮ ਖੇਤਰੀ ਵਿਧਾਇਕ ਦੇ ਇਸ਼ਾਰੇ 'ਤੇ ਇਹ ਕੰਮ ਹੋ ਰਿਹਾ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਨਿੱਕੂ ਜੀ ਜਿਹੜੀ ਅੱਜ ਤੋੜੀ ਹੋ ਗਈ, ਤੋੜੀ ਆ ਜੀ ਤੁਹਾਡੇ ਸਾਹਮਣੇ ਆ, ਰੁਜ਼ਗਾਰ ਦੇਣਾ ਰੁਜ਼ਗਾਰ ਤਰ੍ਹਾਂ ਬੋਲੋ ਬੋਲੋ ਬੋਲੋ। ਹਾਂਜੀ ਹਾਂਜੀ, ਆਮ ਆਦਮੀ ਪਾਰਟੀ ਕਹਿੰਦੀ ਰੁਜ਼ਗਾਰ ਦੇਵਾਂ, ਰੁਜ਼ਗਾਰ ਖੋਣਾ ਇਹਨਾਂ ਨੇ, ਇਹਨਾਂ ਕੋਲ ਚਿੱਟਾ ਇਹਨਾਂ ਕੋਲ ਨਹੀਂ ਬੰਦ ਹੋ ਰਿਹਾ, ਅਫੀਮ ਇਹਨਾਂ ਕੋਲ ਨਹੀਂ ਬੰਦ ਹੋ ਰਹੀ, ਟੋਟੇ ਇਹਨਾਂ ਕੋਲ ਨਹੀਂ ਬੰਦ ਹੋ ਰਹੇ, ਦੋ ਠੇਕੇ ਜੀ ਦੋ ਠੇਕੇ ਜਗ੍ਹਾ ਤੱਕ ਠੇਕੇ ਖੁੱਲ ਗਏ ਨੇ, ਅਸੀਂ ਵਪਾਰ ਨਾ ਕਰੀਏ, ਜੋ ਚੀਜ਼ ਬੰਦ ਕਰਨੀ ਉਹ ਨਹੀਂ ਬੰਦ ਕਰਾਉਂਦੇ। ਸਾਡੇ ਇੱਥੇ ਰੇਲਵੇ ਦੇ ਫਾਟਕ ਆਈ 12 ਫੁੱਟ ਦੀ ਗੰਦ ਹੋਈ ਆ, ਆਉਣਾ ਜਾਣਾ ਬੰਦ ਆ, ਸ਼ਾਹਪੁਰ ਤੋਂ ਦੁਨੀਆ ਭਰ ਦਾ ਗੰਦ ਪਿਆ, ਤੁਸੀਂ ਵੀ ਆਉਂਦੇ ਜਾਂਦੇ ਹੋ, 20-20 ਮਿੰਟ ਲੱਗਦਾ ਲੰਘਣ ਲਈ, ਉੱਥੇ ਕੋਈ ਸਫਾਈ ਤੋੜਨ ਤੋਂ ਪਹਿਲਾਂ ਉੱਥੇ ਕੋਈ ਨੋਟਿਸ ਦਿੱਤਾ? ਕੋਈ ਨੋਟਿਸ ਨਹੀਂ ਜੀ, ਜੋ ਐਮ ਐਲ ਏ ਆਪ ਆ ਕੇ ਖੜ ਕੇ 2 ਦਿਨ ਲਗਾਤਾਰ ਦਿਖਾ ਰਿਹਾ ਸਾਡੀ ਮਾਰਕੀਟ, ਇੱਥੇ ਮੁਰਗੇ ਵਰਦੇ ਪਏ ਨੇ ਜੀ, ਇੱਥੇ ਸਬਜ਼ੀਆਂ ਵੇਚਦੇ ਪਏ, ਤੋੜਨ ਦਾ ਕੀ ਕਾਰਨ? ਸਾਨੂੰ ਅੱਜ ਸਭ ਬੋਲਦੇ ਨੇ, ਭਈਏ ਬੈਠੇ ਨੇ, ਤੋੜਨ ਦਾ ਕਾਰਨ ਕੀ? ਤੋੜਨ ਦਾ ਕਾਰਨ ਇਹੀ ਆ ਜੀ, ਮੈਂ ਬੀਜੇਪੀ ਸ਼ਾਮਿਲ ਹੋਇਆ ਅਤੇ ਉਹ ਕਹਿੰਦੇ ਅਮਨ ਸ਼ਾਮ ਚੜੂਗਾ, ਮੈਂ ਤਾਂ ਚੜੂ ਤਿੰਨ ਤੇਰੇ ਕਦੋਂ ਪਰ ਚੜੂ, ਬੀਜੇਪੀ ਤੁਸੀਂ ਸ਼ਾਮਿਲ ਹੋ, ਟੁੱਟੀ ਦਾ ਮਾਰਕੀਟ ਹੈ, ਮੈਂ ਉਹਨਾਂ ਦਾ ਪ੍ਰਧਾਨ ਹਾਂ ਜੀ, ਮੈਨੂੰ ਮਾਰਕੀਟ ਦਾ ਪ੍ਰਧਾਨ ਹੈ, ਜਾਂਦੇ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਵਾਪਸ ਆਓ? ਦਬਾਅ ਬਣਾਇਆ ਜਾ ਰਿਹਾ ਜੀ ਵਾਪਸ ਆਓ, ਵੀ ਜਿਹੜਾ ਪੰਜਾਬ 'ਚ ਰਹੂਗਾ ਚਾਲੂ ਸਰਕਾਰ ਨਾਲ ਮਿਲ ਕੇ ਰਹੂਗਾ, ਮੈਂ ਨਹੀਂ ਕਾਰੋਬਾਰ ਨਹੀਂ ਕਰਨਾ। ਆ ਚੀਮਾ ਚੌਂਕ ਦੇ ਕੋਲ ਪੁਲ ਦੇ ਥੱਲੇ ਅੱਜ ਤੋਂ 25-30 ਸਾਲ ਪਹਿਲਾਂ ਲੋਕਾਂ ਨੇ ਦੁਕਾਨਾਂ ਬਣੀਆਂ ਹੋਈਆਂ ਨੇ, ਔਰ ਪੁਲ ਦੇ ਥੱਲੇ ਲੋਕਾਂ ਨੇ ਪੱਕੀਆਂ ਦੁਕਾਨਾਂ ਬਣਾਈਆਂ ਨੇ, ਬਹੁਤ ਪੁਰਾਣੀਆਂ ਬਣਾਈਆਂ ਨੇ, ਔਰ ਇੱਥੋਂ ਦਾ ਜਿਹੜਾ ਪ੍ਰਧਾਨ ਹੈ ਉਹ ਨਿੱਕੂ ਭਾਰਤੀ ਦਾ ਕਾਫੀ ਸਾਲਾਂ ਤੋਂ ਇੱਕ ਪ੍ਰਧਾਨ ਚੱਲਿਆ ਆ ਰਿਹਾ, ਔਰ ਉਹ ਪਿਛਲੇ ਦਿਨਾਂ 'ਚ 26 ਜਨਵਰੀ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ, ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਇੱਕ ਵੀ ਕਿਸੇ ਦਾ ਵੀ ਵਾਅਦਾ ਪੂਰਾ ਨਹੀਂ ਕੀਤਾ, ਉਹਨੂੰ ਦੇਖਦੇ ਹੋਏ ਜਿਹੜਾ ਵੀ ਸਮਾਜ ਕੋਈ ਵੀ ਸਮਾਜ ਹੈ ਹਰ ਸਮਾਜ ਬੀਜੇਪੀ ਸ਼ਾਮਿਲ ਹੋ ਰਿਹਾ, ਔਰ ਜਿਹੜੇ ਇੱਥੋਂ ਦੇ ਲੋਕਲ MLA ਨੇ ਉਹ ਕਹਿੰਦਾ ਜੀ ਮੈਨੂੰ ਮੈਸੇਜ ਭੇਜਿਆ ਕਿ ਤੂੰ ਪਾਰਟੀ ਨੂੰ ਛੱਡ ਕੇ ਬੀਜੇਪੀ ਨੂੰ ਔਰ ਆਮ ਆਦਮੀ ਦੇ ਵਿੱਚ ਸ਼ਾਮਿਲ ਹੋ ਜਾਂਦੇ, ਤੇਰਾ ਨੁਕਸਾਨ ਕਰਾਂਗੇ, ਤੈਨੂੰ ਇੱਥੋਂ ਪ੍ਰਧਾਨਗੀ ਤੋਂ ਹਟਾ ਦੇਵਾਂਗੇ, ਤੇਰਾ ਇੱਥੋਂ ਕਾਰੋਬਾਰ ਬੰਦ ਕਰ ਦੇਵਾਂਗੇ, ਔਰ ਅੱਜ 4 ਦਿਨ ਪਹਿਲਾਂ ਇਹ ਵਾਕਿਆ ਹੋਇਆ, ਔਰ ਅੱਜ ਤੁਸੀਂ ਦੇਖਿਆ ਵੀ ਕਾਰਪੋਰੇਸ਼ਨ ਨੇ ਅੱਗੇ ਉਹਨੇ ਦੁਕਾਨਾਂ ਤੋੜਤੀਆਂ ਨੇ, ਸਬਜ਼ੀ ਦੀਆਂ ਦੁਕਾਨਾਂ, ਆਲੂ, ਗੋਭੀ, ਉਹਨਾਂ ਦੀ ਜਿਹੜੇ ਜਿਹੜੀਆਂ ਰੇਹੜੀਆਂ ਸੀ ਉਹ ਵੀ ਉਹਨਾਂ ਦੀ ਉਲਟਾ ਦਿੱਤੀਆਂ ਗਈਆਂ। ਕੀ ਸਮਝਦੇ ਹੋ? ਧੱਕਾ, ਇਹ ਆਮ ਆਦਮੀ ਦੀ ਪਾਰਟੀ ਦਾ ਧੱਕਾ, ਔਰ ਲੋਕਲ ਜਿਹੜੇ MLA ਨੇ ਉਹਨਾਂ ਦਾ ਧੱਕਾ, ਤੁਸੀਂ ਸ਼ਿਵਪੁਰੀ ਦੇ ਵਿੱਚ ਵੀ ਦੇਖਿਆ ਹੋਣਾ ਇਹਨਾਂ ਨੇ ਦੁਕਾਨਾਂ ਢਾਈਆਂ, ਪੱਕੀਆਂ ਦੁਕਾਨਾਂ ਜਿਹੜੇ 40-40 ਸਾਲ ਪੁਰਾਣੀਆਂ ਬਣੀਆਂ ਸੀ ਉਹ ਢਾਈਆਂ, ਔਰ ਅੱਜ ਇਸ ਰੋਡ ਦੇ ਉੱਪਰ ਤਾਂ ਕੋਈ ਟ੍ਰੈਫਿਕ ਹੀ ਨਹੀਂ ਹੈਗਾ, ਕਿਸੇ ਦਾ ਕੋਈ ਆਉਣਾ ਨਹੀਂ ਜਾਣਾ ਨਹੀਂ, ਲੋਕਲ MLA ਨੂੰ ਪੁੱਛੋ ਵੀ ਤੂੰ ਕਿੰਨੇ ਸਾਲ ਹੋ ਗਏ ਇਸ ਰੋਡ 'ਤੇ ਆਇਆ, ਕਿਉਂਕਿ ਇਸ ਰੋਡ 'ਤੇ ਕਿਸੇ ਦਾ ਆਉਣਾ ਜਾਣਾ ਹੀ ਨਹੀਂ ਹੈਗਾ, ਅੱਗੇ ਰੇਲਵੇ ਲਾਈਨ ਹੈ, ਪੁਲ ਦੇ ਥੱਲੇ ਕੋਈ ਨਹੀਂ ਆਉਂਦਾ, ਸਿਰਫ ਇਹਨਾਂ ਨੇ ਜਿਹੜੇ ਆਪਣੀ ਮਾਰਕੀਟ ਬਣਾਈ ਹੋਈ ਹੈ ਉਹ ਮਾਰਕੀਟ ਦੇ ਲੋਕ ਨੇ। ਨਹੀਂ ਮੰਨਦੇ ਪੱਖ ਪਾ ਦੋ? ਬਿਲਕੁਲ ਪੱਖ, 100%। ਔਰ ਇਹ ਧੱਕਾ ਕੀ ਕਰੋਗੇ? ਮੈਂ ਤਾਂ ਭਗਵੰਤ ਮਾਨ ਜੀ ਨੂੰ ਕਹਾਂਗਾ ਵੀ ਜਿਹੜੇ ਤੇਰੇ ਇਹੋ ਜਿਹੇ MLA ਨੇ ਉਹਨਾਂ ਦੇ ਨੱਥ ਪਾਲ, ਨਹੀਂ ਤਾਂ ਪੰਜਾਬ ਦਾ ਜਿਹੜਾ ਮਾਹੌਲ ਹੈ ਤੇਰੇ MLA ਖਰਾਬ ਕਰ ਰਹੇ ਨੇ, ਤੈਨੂੰ ਉਤਾਰਨ ਵਾਲੇ, ਕੱਲ੍ਹ ਨੂੰ ਜੇ ਤੇਰਾ ਨੁਕਸਾਨ ਹੋਏਗਾ ਤਾਂ ਇਹੋ ਜਿਹੇ MLA ਦੀ ਵਜ੍ਹਾ ਕਰਕੇ ਹੋਏਗਾ, ਜਿਹੜੇ ਅੱਜ ਗਰੀਬ ਆਦਮੀ ਨੂੰ ਤਬਾਹ ਕਰ ਰਹੇ ਨੇ ਉਹ ਇੱਕ ਦਿਨ ਤੁਹਾਨੂੰ ਤਬਾਹ ਕਰਕੇ ਰੱਖ ਦੇਣਗੇ, ਉਹਨਾਂ ਦੀ ਹਾਰ ਨਾ ਲਓ।